फिरते नहीं निकालिया, पर छुप गया ओए बच्चा। तू तो बहुत अच्छा बच्चा, तू तो चार मार करना है, मम्मा जीना है, तू फिर अपनी मम्मा ना नहीं निकालनी फिर निन्नी कर दिया, ठीक है कल ऊपर मुंह दे लेना, ले लो चल सो जाओ। हमने हाँ जी हाँ जी आ जाओ, मैं गल करनी है तेरे नाल। हाँ जी आ जाओ भाई। हर वक्त ना मुंडा हाँ जी ओदे कोल ही रहंदा लापरी तो। अच्छा जी। ओ इन्ना क प्यार करदी आ वी कल नु मुंडे ने थोड़े हाथ च ही नहीं रहना, ओदे मन च थोड़ा प्यार नहीं पैना। अच्छा जी। ना उहने पैण देना, ओ तो वी खांदा ओदे नाल ही सौंदा, ओदे गोदी च वड़दा बार बार, प्रीति ने तां नौ वी नहीं लैंदा। वड्डे होए ते भी ओहदा ही प्यार ओहदे मन च रह जाणा लवप्रीत। मैं तां प्रीति नूं बहुत कहा, हुण मैं तैनूं इह कहिंदी आं प्रीति नूं समझा मुंडे नूं प्यार आपदा पाओ। कोई ना मैं कर लैणा गल, समझा देना। ठीक है ना, कल नूं कोई नीक की गल होवे फिर आपां पछताईए, फिर कुछ नहीं बणदा। कोई नहीं मैं समझा देना, ਉਹਨੂੰ ਸਮਝਾ ਦੀ ਪ੍ਰੀਤੀ ਨੂੰ। ਮੈਂ ਤਾਂ ਕਈ ਵਾਰ ਕਹਿ ਚੁੱਕੀ ਹਾਂ, ਉਹ ਨਹੀਂ ਮੇਰੀ ਨਹੀਂ ਸੁਣਦੀ। ਕੋਈ ਨਹੀਂ ਮੈਂ ਸੁਣਦਾ। ਚੀਜੀ ਮੇਰਾ ਬੂਬੂ ਬਣ ਕੇ ਮੈਂ ਚੀਜੀ ਖਾ ਲਿਓ, ਠੀਕ ਆ। ਚੀਜੀ ਖਾ ਕੇ ਨਾ ਫਿਰ ਆਪਣੀ ਮੰਮਾ ਨਾਲ ਨਿੰਨੀ ਕਰੋਗੇ, ਕਹੋਗੇ ਜਾਂ ਦੇਖੋ ਤਾਂ ਮੁੰਡਾ ਹੀ ਚੱਕੀ ਰੱਖਦੇ ਹੋ। ਆਪਦੇ ਤੇਰੇ ਕੁਛ ਹੋਇਆ ਨਹੀਂ, ਆਤਾ ਇਹਦੀ ਖਰਾਬ ਕਰੇਗੀ। ਮਾਂ ਨਾਲ ਪਿਆਰ ਹੀ ਨਹੀਂ ਪੈਣ ਦੇਣਾ ਤੂੰ ਇਹਦਾ। ਮੰਮੀ ਮੈਂ ਕਿਹੜਾ ਮਾਂ ਨਾਲ ਪਿਆਰ ਪੈਣ ਤੋਂ ਹਟਾਉਣੀ ਹੈ। ਸਾਰਾ ਸਾਰਾ ਦਿਨ ਇਹ ਨਾਲ ਹੀ ਚਮੇੜੀ ਰੱਖਦੀ ਆ। ਮੰਮੀ ਉਹਦੇ ਚ ਕਦੇ ਪਿਆਰ ਪੈਣ ਦਿੱਤਾ ਪ੍ਰੀਤੀ ਚ? ਮੰਮੀ ਆਪਦੀ ਮਰਜ਼ੀ ਹੁੰਦੀ ਆ ਬੱਚੇ ਦੀ, ਕਿਹਨੂੰ ਪਿਆਰ ਕਰਨਾ ਕਿਹਨੂੰ ਨਹੀਂ ਕਰਨਾ। ਮੈਂ ਕਿਹੜਾ ਉਹਨੂੰ ਸਿਖਾਉਣੀ ਆ, ਆਪਣੀ ਮਰਜ਼ੀ ਨਾਲ ਉਹ ਮੈਨੂੰ ਪਿਆਰ ਕਰਦਾ ਵਾ। ਮਰਜ਼ੀ ਨਾਲ ਨਹੀਂ, ਜੇ ਤੂੰ ਚੱਕਦੀ ਆ ਤਾਂ ਕਰਦਾ। ਬੱਚੇ ਤਾਂ ਪ੍ਰੀਤੀ ਨੂੰ ਕਹਿ ਵੀ ਤੂੰ ਚੱਕ ਲਾ ਉਹਨੂੰ, ਮੁੰਡੇ ਨੂੰ ਮੈਂ ਕੰਮ ਕਰਦੀ ਹਾਂ। ਬੱਚੇ ਤਾਂ ਮੰਮੀ ਰੱਬ ਦਾ ਰੂਪ ਨੇ, ਉਹਨਾਂ ਦੀ ਆਪਣੀ ਮਰਜ਼ੀ ਹੁੰਦੀ। ਆਪਦੇ ਤੇਰਾ ਹੋਇਆ ਨਹੀਂ, ਇਹਦੇ ਤੋਂ ਮਾਂ ਦਾ ਬਣਨ ਦੇਣਾ ਨਹੀਂ। ਮੰਮੀ ਮੈਂ ਕਿਹੜਾ ਵਿਗਾੜਨ ਨੂੰ ਉਹਨੂੰ ਕੁਛ ਗਲਤ ਕੰਮ ਸਿਖਾਉਣੀ ਆ। ਗਲਤ ਕੰਮ ਦੀ ਗੱਲ ਨਹੀਂ, ਪਿਆਰ ਤਾਂ ਤੇਰਾ ਕਰਦਾ ਨਾ ਉਹ, ਤੇ ਉਹ ਬੱਚੇ ਦੀ ਆਪਣੀ ਮਰਜ਼ੀ ਆ। ਬਸ ਤੂੰ ਨਹੀਂ ਇਹਨੂੰ ਚੱਕਣਾ ਹੈ, ਤੂੰ ਉਤਾਰ ਦੇ ਇਹਨੂੰ, ਉਤਾਰ ਦਿੰਦੇ ਅੱਜ ਤਾਂ ਵਿਗਾੜਦੀ ਆ, ਚੁੰਮਾ ਚਿੱਟੀਆਂ ਕਰਦੀ ਰਹਿੰਦੀ ਆ ਸਾਰਾ ਦਿਨ ਉਹਨੂੰ। ਚੱਲ ਮੰਮੀ ਕੋਲ। ਪ੍ਰੀਤੀ। ਹਾਂਜੀ ਮੰਮੀ, ਕੀ ਹੋ ਗਿਆ? ਸਾਹ ਮੈਨੂੰ ਹੁੰਦੇ रसोई च कम करूगी। ਕੁਛ ਨੀ ਪੁੱਤ, ਕੀ ਗੱਲ ਹੋਈ ਤੂੰ ਕਰ ਰਹੀ ਹੈ? ਕੁਛ ਨੀ ਹੋਇਆ। ਦੱਸ ਮੰਮੀ ਬਹੁਤ ਬੋਲਦੇ ਆ, ਜੇ ਮੇਰੇ ਵਿੱਚ ਨਹੀਂ ਹੋਇਆ ਤਾਂ ਫਿਰ ਇਹ 'ਚ ਮੇਰਾ ਕੀ ਕਸੂਰ ਆ? ਮੈਂ ਗੁਰਰਾਜ ਨੂੰ ਚੱਕ ਲੈਂਦੀ ਹਾਂ, ਇਹਨੇ ਦੇ ਵਿੱਚ ਹੀ ਮੈਨੂੰ ਬੋਲਣ ਲੱਗ ਜਾਂਦੀ ਆ। ਤੂੰ ਆਪਦੇ 'ਚ ਪਿਆਰ ਪਾਈ ਜਾਂਦੀ ਆ, ਤੂੰ ਮਾਂ ਨਾਲ ਉਹਨੂੰ ਰਹਿਣ ਨਹੀਂ ਦੇਣਾ, ਤੂੰ ਆਪਦਾ ਬਣਾ ਲੈਣਾ। ਮੈਂ ਕਿਹੜਾ ਉਹਨੂੰ ਕਹਿ ਕੇ ਪਿਆਰ ਕਰਾਉਂਦੀ ਆ? ਤੇ ਮੰਮੀ ਤਾਂ ਬੋਲਣਾ ਚਾਹੀਦਾ ਨਹੀਂ ਇਹ ਗੱਲ ਤੇ। ਉਹ ਬੱਚਾ ਆ, ਉਹਦੀ ਆਪਣੀ ਮਰਜ਼ੀ ਆ ਕਿਹਨੂੰ ਪਿਆਰ ਕਰੇ ਕਿਹਨੂੰ ਨਾ ਕਰੇ। ਮੈਂ ਤਾਂ ਕਿਹਨਾਂ ਨਾਲ ਕਰਾਉਂਦੀ ਆ? ਤੂੰ ਤਾਂ ਵਿਚਾਰਾ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਤੂੰ। ਉਹ ਭੱਜਦਾ ਭੱਜਦਾ ਮੇਰੇ ਕੋਲ ਆ ਜਾਂਦਾ ਵਾ, ਤੇ ਮੈਂ ਕੋਈ ਚੀਜ਼ ਖਾਣ ਨੂੰ ਦੇ ਦਿੰਦੀ ਹਾਂ, ਇੰਨੇ 'ਚ ਬੱਚੇ ਦਾ ਥਿਓ ਪਿਆ ਹੋਇਆ ਵਾ, ਤੇ ਮੰਮੀ ਨੂੰ ਲੱਗਦਾ ਮੈਂ ਉਹ ਤੋਂ ਬੱਚਾ ਖੋਹਣੀ ਆ।
ਮੈਂ ਕੀ ਕਰਨਾ ਖੋ ਕੇ ਜੇ ਮੈਨੂੰ ਰੱਬ ਨੇ ਨਹੀਂ ਦਿੱਤਾ ਮੈਂ ਲੋਕਾਂ ਦੇ ਥੋੜੋ ਖੋਣੇ ਨੇ ਨਾਲੇ ਉਹ ਮੇਰਾ ਬੱਚਾ ਮੇਰੇ ਬੱਚਿਆਂ ਵਰਗਾ ਵਾ ਮੈਂ ਉਹਦੇ ਨਾਲ ਕੁਝ ਗਲਤ ਕਰੂੰਗੀ ਚੱਲ ਤੂੰ ਚੁੱਪ ਕਰ ਯਾਰ ਮੰਮੀ ਨੇ ਸ਼ੁਰੂ ਤੋਂ ਤੈਨੂੰ ਪਤਾ ਇਦਾਂ ਹੀ ਕੀਤਾ ਆਪਣੇ ਨਾਲ ਮੈਂ ਇੰਨਾ ਬਰਦਾਸ਼ਤ ਨਹੀਂ ਕਰ ਸਕਦੀ ਮੇਰੇ ਹੱਥ 'ਚ ਬੱਚੇ ਨੂੰ ਲੈ ਕੇ ਚੱਲ ਚੁੱਪ ਕਰ ਪਲੀਜ਼ ਤੂੰ ਰੋ ਨਾ खादा कुछ ने मेरा नहीं बात कर चल तो बैठ मैं लपा के ले जाऊं तुम ठीक है ओके ठीक है हद है यार चल बैठ दूं मैं ले जाना जे रब मेनू मेरी औलाद दे देंदा तो मैं कानू इना नु इना सुनने नु मिलदा मेनू केड़ा शौक पिया वा किसी दे बच्चे नु अपना बनाउण दा घर दे विच आओ केड़ा मैं बाहरो चक के लियोनी है किसे दा देखा हूं जद आप लोड होंगी सौ थी जाता तेन दस के नहीं जान गए कल मम्मी रीरी जा भी करी जाता वा रोई जा फिर बाल कटिया करके हम असर तो होगा ज कहना नहीं मनदिया मगर औखा चुन दिंदा ने फिर हम मैं तेन उदर नहीं कही जानी उदू दूर रख मुंडे परे रख पर मैं सोचा नहीं सी मम्मी दीदी ऐदा करनगे हम तेरे सामने ही सौ थी जाता जिसे बच्चा नहीं आता वो कहते भी बाल कट के लिया साढ़े को भी थोड़े हो जूगा मनी कोई गल तो मेरी तेन मैं एवं नहीं कहती सी मैनू पता भी वह किन्ने क पानिया च वो केड़ी जगह जिथे नहीं गई तेरे ब्याह तो पहला भी मेरे लात हो जे पर मम्मी मैं तो दीदी ने वड्डियां भैणा वांगू मन्या सीगा बेफिकर होके ओदे कोल मुंडे नूं छड्ड दिंदी सी कि चल कोई गल नहीं चल लै ला फिर हुण हुण कानू हक्का मार दीगा फिर मैनू परेशान नहीं दित्ती इहनां ने पहला कहना नहीं मंदी पुत मेरी गल सुन अज तो बाद ना वड्डी मम्मा कोले नहीं जाना हैगा हां ਇੱਥੇ ਰਹਿਣਾ ਮੇਰੇ ਕੋਲ ਜਾਣਾ ਨਹੀਂ ਪੁੱਤ ਠੀਕ ਆ ਜਾਣਾ ਨਹੀਂ ਜਾਣਾ ਪੁੱਤ ਜਾਣਾ ਕੋਈ ਚੀਜ਼ੀ ਲੈ ਕੇ ਵੀ ਨਹੀਂ ਖਾਣੀ ਹੈਗੀ ਜਾਣਾ ਮੈਂ ਫਿਰ ਕੁੱਟੂੰਗੀ ਤੈਨੂੰ ਦੇਖ ਲਾ ਤੈਨੂੰ ਇੱਕ ਵਾਰੀ ਕਹਿਤਾ ਨਾ ਜੇ ਤੂੰ ਗਿਆ ਤੈਨੂੰ ਕੁੱਟੂੰਗੀ ਫੜ ਕੇ ਜਾਣਾ कसर बाकी रह गई कुछ करन दी जिहड़े बाल कट लिया थोड़े आ मैं बाल कदों कटे आ प्रीति अनजान बनन दी लोड़ नहीं हैगी मैं नहीं बाल कटने वाली मैं तो उन्हें कहा भी नहीं कि मेरे तो चीजी ले ला मैं तो उन्हें कही जाते कि अपनी मम्मा तो चीजी ले ला जाके पुत मैं उसकी मां हैगी सांभण वास्ते उन्हें सांभण की लोड़ नहीं हैगी नाले होर तो कितने बाहर जाता ही नहीं हैगा
ਕਰੀ ਰਹਿੰਦਾ ਵਾ ਜ਼ਿਆਦਾਤਰ ਤੁਹਾਡੇ ਕੋਲ ਰਹਿੰਦਾ ਵਾ ਪਰ ਮੈਂ ਵਾਲ ਨਹੀਂ ਕੱਟੇ ਪ੍ਰੀਤੀ ਇਹ ਕਿੱਦਾਂ ਹੋ ਸਕਦਾ ਮੈਂ ਪਾਗਲ ਹਾਂ ਦੱਸ ਮੈਂ ਜਿਹੜੇ ਦੇ ਵਾਲ ਕੱਟ ਲੂਗੀ ਮੈਨੂੰ ਕੀ ਲੋੜ ਪਈ ਆ ਵਾਲ ਕੱਟਣ ਦੀ ਹੋਰ ਤਾਂ ਇੱਥੇ ਕਿਸੇ ਨੂੰ ਲੋੜ ਹੈ ਨਹੀਂਗੀ ਜਿਹਨੂੰ ਲੋੜ ਹੈ ਨਾ ਉਹੀ ਕਰੂਗਾ ਕੀ ਮਤਲਬ ਹੈ ਇਹਨਾਂ ਗੱਲਾਂ ਦਾ ਪਹਿਲਾਂ ਮੈਂ ਇਸ ਗੱਲਾਂ ਯਕੀਨ ਨਹੀਂ ਸੀ ਕਰਦੀ ਪਰ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਵਾ ਕਿ ਕਿਹਨੇ ਕੀਤਾ ਹੈ ਪਰ ਮੈਂ ਵਾਲ ਨਹੀਂ ਕੱਟੇ ਪ੍ਰੀਤੀ ਮੈਂ ਵਾਲ ਕੱਟ ਕੇ ਕੀ ਕਰਨੀ ਹੈ ਤੈਨੂੰ ਕੀ ਲੱਗਦਾ ਮੈਂ ਟੂਣਾ ਕੀਤਾ ਵਾ ਇਹਦੇ ਤੇ ਕੋਈ ਹੋਰ ਕੀ ਕੀਤਾ ਵਾ ਫਿਰ ਹੋਰ ਕੀ ਮੇਰੇ ਕੱਟ ਲੈ ਮੰਮੀ ਮੇਰੇ ਭਤੀਜਾ ਹੈਗਾ ਘਰ ਚ ਜਿਹਨੇ ਕੱਟ ਲੈ ਮੰਮੀ ਮੇਰੇ ਆਪਣੇ ਬੱਚਿਆਂ ਵਰਗਾ ਵਾ ਮੈਂ ਕਿਉਂ ਕੱਟ ਬੱਚਿਆਂ ਵਰਗਾ ਵਾ ਆਪਣਾ ਬੱਚਾ ਦਾ ਨਹੀਂ ਮੰਮੀ ਤੈਨੂੰ ਚੰਗਾ ਭਲਾ ਪਤਾ ਮੈਂ ਇੱਥੇ ਆਈ ਨੂੰ ਕਿੰਨੇ ਸਾਲ ਹੋ ਗਏ ਅੱਗੇ ਮੈਂ ਕਿਹਨੇ ਕੀ ਕੀਤਾ ਵਾ ਦੀਦੀ ਮੈਂ ਤੈਨੂੰ ਵੱਡੀਆਂ ਭੈਣਾਂ ਵਾਂਗੂ ਮੰਨਿਆ ਸੀਗਾ ਜੇ ਮੁੰਡਾ ਤੁਹਾਡੇ ਕੋਲ ਖੇਡਦਾ ਵੀ ਸੀਗਾ ਸੌਂ ਵੀ ਜਾਂਦਾ ਸੀ ਬੇਫਿਕਰ ਹੋ ਕੇ ਤੁਹਾਡੇ ਕੋਲ ਛੱਡ ਦਿੰਦੀ ਸੀ ਪਰ ਪ੍ਰੀਤੀ ਮੈਂ ਬਾਲ ਨਹੀਂ ਕੱਟੇ ਤੈਨੂੰ ਗਲਤ ਫਹਿਮੀ ਹੋ ਗਈ ਤੈਨੂੰ ਕਿਤੇ ਹੋਰ ਨਾਲੇ ਕਿੱਥੇ ਆ ਹਾਂ ਪਰ ਮੈਂ ਨਹੀਂ ਇਹ ਕੱਟੇ ਬਾਲ ਨਹੀਂ ਕੱਟੇ ਮੈਂ ਤੂੰ ਕਿਹੜਾ ਮੰਨਦੀ ਸੀ ਬੰਨਾ ਮੰਮੀ ਨੇ ਮੈਨੂੰ ਇੰਨੀ ਵਾਰ ਕਿਹਾ ਮੈਂ ਮੰਨੀ ਨਹੀਂ ਸੀ ਹਮੇਸ਼ਾ ਤੁਹਾਡੀ ਸਾਈਡ ਲੈਂਦੀ ਸੀ ਮੰਮੀ ਨਹੀਂ ਦੀਦੀ ਇਦਾਂ ਦੇ ਨਹੀਂ ਹੈਗੀ ਮੈਨੂੰ ਯਕੀਨ ਆ ਪੂਰਾ ਪਰ ਹੁਣ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਵੀ ਹਾਂ ਤੁਸੀਂ ਹੀ ਕੀਤਾ ਤੁਸੀਂ ਮੇਰੇ ਤੇ ਡਾਬਦੇ ਹੋਇਆ ਨਹੀਂ ਇਹ ਰਹਿਣ ਦੇਣਾ ਨਹੀਂ ਇਹਨੇ ਮੰਮੀ ਮੈਂ ਇਦਾਂ ਕਿਉਂ ਕਰੂੰਗੀ ਕਿਸੇ ਦੇ ਬੱਚੇ ਨਾਲ ਕਿਉਂ ਮੈਂ ਇਦਾਂ ਕਰੂੰਗੀ ਕਿ ਕਿਸੇ ਦਾ ਬੱਚਾ ਕੋਹੂੰਗੀ ਜਾਂ ਮਾਰੂੰਗੀ ਜਾਂ ਕੁਝ ਉਹਨੂੰ ਬਾਲ ਕੱਟੂਗੀ ਮੈਂ ਕਿੱਥੇ ਕਿੱਥੇ ਬਾਲ ਦੱਸ ਮੈਨੂੰ ਕਿਉਂ ਕੱਟ ਕੱਟੇ ਹੁੰਦੇ ਤੇ ਕਿੱਥੇ ਲੱਗ ਗਈਆਂ ਮੈਂ ਕੱਟੇ ਹੀ ਨਹੀਂ ਜਦੋਂ ਬਾਲ ਅੱਜ ਤੋਂ ਬਾਅਦ ਮੇਰੇ ਬੱਚੇ ਨੂੰ ਚੱਕਣਾ ਤਾਂ ਦੂਰ ਦੇਖਣਾ ਵੀ ਨਹੀਂ ਮੈਂ ਨਹੀਂ ਚੱਕਦੀ ਡਰਾਮੇ ਜੇ ਨਾ ਘਰ ਜਾ ਕੇ ਕੰਮ ਕਰ ਲਾ ਮੰਮੀ ਮੈਂ ਡਰਾਮੇ ਨਹੀਂ ਕਰਦੀ ਪਰ ਮੈਂ ਮੁੰਡੇ ਦੇ ਬਾਲ ਨਹੀਂ ਕੱਟੇ ਹੈਗੇ ਹੋਰ ਕੌਣ ਤੀਜਾ ਕੱਟ ਗਿਆ ਮੈਂ ਕੱਟ ਲੈ ਪਤਾ ਨਹੀਂ ਕਿਹਨੇ ਕੀ ਕੀਤਾ ਹੁਣ ਵੀ ਤਾਂ ਰੱਖੇਗੀ ਸਾਮ ਕੇ ਮੈਂ ਉਹਨੂੰ ਕਹਿੰਦੀ ਸੀ ਇੱਕ ਨਹੀਂ ਸੁਣੀ ਮੇਰੀਆਂ ਨੇ ਕੀ ਹੋਇਆ ਤੈਨੂੰ ਕੀ ਗੱਲ ਹੋ ਗਈ ਤੂੰ ਤਾਂ ਬੁਖਾਰ ਬਹੁਤ ਚੜਿਆ ਹੋਇਆ ਦਵਾਈ ਲਈ ਆ ਤਾਂ ਮੇਰੀ ਲੈਣੀ ਦਵਾਈ ਤੇ ਗੱਲ ਕਿਵੇਂ ਫਿਰ ਰੋਕ ਤੇ ਲਈ ਬੁਖਾਰ ਕਰਕੇ ਹੈ ਬੁਖਾਰ ਬਹੁਤ ਤੇਜ਼ ਚੜਿਆ ਤਾਂ ਮੇਰੇ ਅੱਖਾਂ ਚ ਹੰਝੂ ਆ ਗਏ ਗੱਲ ਕੋਈ ਹੋਰ ਆ ਦੱਸ ਕੀ ਗੱਲ ਆ ਕੁਛ ਨਹੀਂ ਹੋਇਆ ਦੱਸ ਮੈਨੂੰ ਗੱਲ ਕੋਈ ਜ਼ਰੂਰ ਹੈਗੀ ਆ ਤੂੰ ਨਾ ਕਈ ਦਿਨ ਤੋਂ ਏਦਾਂ ਜਵਾਕ ਹੋ ਜਾਵੇ ਮੈਂ ਕੁਛ ਨੀ ਕੀਤਾ ਨਾ ਮੈਂ ਵਾਲ ਕੱਟੇ ਆ ਮੈਂ ਡਰਦੀ ਨੇ ਤੁਹਾਨੂੰ ਕੋਈ ਗੱਲ ਨੀ ਕੀਤੀ ਮੈਂ ਕਿਹਾ ਤੁਸੀਂ ਲੜਾਈ ਕਰੋਗੇ ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਪ੍ਰੀਤੀ ਨੂੰ ਹੱਦਾਂ ਯਾਰ ਪ੍ਰੀਤੀ ਕਿੱਦਾਂ ਸੋਚ ਸਕਦੇ ਆ ਗੱਲਾਂ ਇਹਨਾਂ ਦਿਨ ਮੈਂ ਗੱਲ ਕੀਤੀ ਨਹੀਂ ਜਦੋਂ ਅੰਦਰ ਰੋਂਦੀ ਸੀ ਮੈਨੂੰ ਪਤਾ ਤਾਂ ਸਭ ਕੁਛ ਸੀ ਪਰ ਅੱਜ ਮੈਨੂੰ ਗੱਲ ਕਰਨੀ ਪੈਣੀ ਨਾ ਤੂੰ ਟੈਨਸ਼ਨ ਲੈ ਮੈਨੂੰ ਆਈਡੀਆ ਲੱਗਦਾ ਸੀ ਉਸ ਦਿਨ ਦਾ ਵੀ ਕਈ ਦਿਨ ਦਾ ਜਵਾਬ ਵੀ ਨਹੀਂ ਆਇਆ ਤੇਰੇ ਕੋਲੇ ਕੋਈ ਨਾ ਗੱਲ ਤਾਂ ਹੈਗੀ ਆ ਤੂੰ ਚੁੱਪ ਕਰ ਸਾਰੀ ਪ੍ਰੋਬਲਮ ਸੋਲਵ ਹੋ ਜੂਗੀ ਟੈਨਸ਼ਨ ਲੈ ਮੈਂ ਸਾਰੀ ਗੱਲ ਮੁਕਾ ਹੀ ਦਿੰਦਾ ਇਹਨਾਂ ਦੀ ਚੁੱਪ ਕਰਕੇ ਬੈਠ ਮੈਂ ਕਰਦਾ ਪਰ ਇਹਨਾਂ ਨਾਲ ਬਸ ਉਹ ਚੁੱਪ ਕਰ ਜਾ ਰੋਈ ਕਾਤੇ ਜਾਂਦਾ ਵਾ ਰੋ ਨਾ ਮੇਰਾ ਬੱਚਾ ਕੀ ਹੋ ਗਿਆ ਪੁੱਤਰ ਰੋਈ ਜਾਂਦਾ ਮੇਰਾ ਬੱਚਾ ਕੀ ਹੋ ਗਿਆ ਫਿਰ ਇਹ ਰੀ ਕਰੀ ਜਾਂਦਾ ਉਹ ਤੁਹਾਨੂੰ ਵੀ ਪਤਾ ਹੈ ਆੜ ਜੀ ਕਰੀ ਜਾਂਦਾ ਕੀ ਕਰਦਾ ਪੁੱਤਰ ਫਿਰ ਰੋਂਦਾ ਕਿਉਂ ਆਹਾ ਸਾਰਾ ਬਾਲ ਕੱਟਿਆ ਦਾ ਉਦਣ ਤਾਂ ਮੁੰਡਾ ਰੀ ਰੀ ਕਰਦਾ ਫਿਰ ਮੈਂ ਇੰਨਾ ਕਹਿਤੀ ਸੀ ਤੂੰ ਨੀ ਇੱਕ ਵੀ ਸੁਣੀ ਮੇਰੀ ਮੰਮੀ ਮੈਨੂੰ ਆ ਦੇਖ ਲੈ ਹੁਣ ਮੈਨੂੰ ਕਿਹੜਾ ਪਤਾ ਸੀਗਾ ਇਦਾਂ ਹੋ ਜੂਗਾ ਹੁਣ ਰੋਈ ਜਾਂਦਾ ਬਸ ਰੋਈ ਜਾਂਦਾ ਵਾ ਕੁਛ ਦੁਖਦਾ ਤੇਰਾ ਪੁੱਤਰ ਫਿਰ ਰੋਂਦਾ ਕਿਉਂ ਇਹ ਤਾਂ ਬਾਲ ਕੱਟਿਆ ਨੇ ਤਾਂ ਅਸਰ ਦਿਖਾਉਣਾ ਹੀ ਆ ਕੀ ਹੋਇਆ ਮੰਮੀ ਇਹ ਤਰ੍ਹਾਂ ਕੀ ਹੋ ਗਿਆ ਰਾਤ ਦੇ ਬਾਲ ਕੱਟ ਲਏ ਸੀ ਉਹਨਾਂ ਨੇ ਸਿਰ ਤੋਂ
ਉਹਨੇ ਕੱਟੇ ਆ ਤੇ ਹੋਰ ਕਿਨੇ ਕੱਟੇ ਹੋਣੇ ਉਹਨਾਂ ਕੋਲੇ ਵੱਧ ਰਹਿੰਦਾ ਵਾ ਨਾ ਬਾਹਰ ਤਾਂ ਕਿਤੇ ਜਾਂਦਾ ਹੀ ਨਹੀਂ ਅੱਛਾ ਉੱਥੇ ਹੀ ਸੁੱਤਾ ਪਿਆ ਸੀ ਨਹੀਂ ਸੁੱਤਾ ਪਿਆ ਹੋਊਗਾ ਤਾਂ ਮਤਲਬ ਬਾਲ ਕੱਟ ਲੈ ਦੇਖਿਆ ਪ੍ਰੀਤ ਲੱਖੀ ਆ ਉਹਨੂੰ ਉਹਦੀ ਦੇਖਿਆ ਤਾਂ ਨਹੀਂ ਹੈਗਾ ਪਰ ਜਿੱਦਾਂ ਦੀਆਂ ਗੱਲਾਂ ਹੋਈਆਂ ਉਦੋਂ ਤਾਂ ਇਹੀ ਲੱਗਦਾ ਵੀ ਉਹਨਾਂ ਨੇ ਕੱਟੇ ਹੋਣੇ ਨੇ ਕਮਾਲ ਦੀ ਗੱਲ ਆ ਬੜੀ ਜਲਦੀ ਮੰਮੀ ਤੂੰ ਦੇਖਿਆ ਨਾ ਪਿਆ ਤਾਂ ਉੱਥੇ ਹੀ ਸੀ ਮੈਂ ਦੇਖਿਆ ਪਰ ਜਿਹਨੇ ਵਾਲ ਕੱਟੇ ਆ ਮੇਰੀ ਜਾਨ ਖਾ ਲਈ ਪਰ ਇੱਕ ਦੂਜੀ ਤਾਂ ਹੁੰਦੀਆਂ ਹੀ ਇਹਨਾਂ ਨੂੰ ਤਾਂ ਮੈਂ ਠੀਕ ਕਰਦੀ ਹਾਂ ਆਏ ਨਹੀਂ ਠੀਕ ਆਉਂਦੀ ਮੈਂ ਤੁਸੀਂ ਦੇਖੇ ਵੀ ਦੱਸਿਆ ਕਿਉਂ ਨਹੀਂ ਨਾਲ ਕਿਹਨੇ ਕੱਟੇ ਨੇ ਹਾਂ ਮੈਂ ਦੇਖਿਆ ਮੈਂ ਤਾਂ ਨਹੀਂ ਦੱਸਿਆ ਮੈਨੂੰ ਲੱਗਿਆ ਸੀ ਸ਼ਾਇਦ ਘਰ 'ਚ ਲੜਾਈ ਪਊਗੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਨਾ ਦੱਸਣ ਦਾ ਵੀ ਇੰਨੀ ਜ਼ਿਆਦਾ ਲੜਾਈ ਪੈ ਜੂਗੀ ਕਿ ਇੱਕ ਦੂਜੇ ਤੁਹਾਡੇ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਕੋਈ ਤੁਹਾਨੂੰ ਲੱਕ ਕਰ ਦੂਗਾ ਕੀਤਾ ਕਿਹਨੇ ਏਦਾਂ ਦੱਸੋ ਤਾਂ ਸੀ ਮੰਮੀ ਦੱਸਦਾ ਫਿਰ ਮੈਂ ਉਹ ਤੇ ਜੋ ਆਈ ਸੀ ਉਦਣ ਕੋਈ ਵਾਲ ਕੱਟ ਕੇ ਲੈ ਗਈ ਮੈਂ ਤਾਂ ਐਵੇਂ ਲਵਪ੍ਰੀਤ ਨੂੰ ਕਹਿੰਦੀ ਰਹੀ ਲਵਪ੍ਰੀਤ ਤਾਂ ਇੰਨਾ ਉਹ ਕਰਦੀ ਹੈ ਪਤਾ ਤਾਂ ਖੜਿਆ ਕਰ ਵੱਡੀ ਮੰਮਾ ਹਾਂ ਫਿਰ ਮੈਂ ਐਵੇਂ ਰੜਾ ਤੈਨੂੰ ਆਪਸ ਵਿੱਚ ਨਹੀਂ ਮੈਂ ਕਿਹਾ ਵੀ ਇਹੀ ਆਏ ਘਰੇ ਹੈਗੀ ਆ ਇਹਨੇ ਕੱਟੇ ਹੋਣੇ ਆ ਬਾ ਅੱਛਾ ਪੱਕਾ ਸ਼ੋਰ ਵੀ ਨਹੀਂ ਕੱਟਿਆ ਨਹੀਂ ਹੁਣ ਤਾਂ ਮੈਂ ਕਹਿੰਦੀ ਆ ਵੀ ਉਹ ਤੇਜੋ ਉਦਣ ਆਈ ਸੀ ਉਹੀ ਕੱਟ ਕੇ ਲੈ ਗਈ ਹੋਣੀ ਵੇ ਤਾਂ ਚੰਗੀ ਆ ਵਿਚਾਰੀ ਕੁਲਰਾਜ ਮੰਮੀ ਕੋਲ ਜਾਇਆ ਕਰ ਮੈਂ ਦੇਖ ਲਿਆ ਸੀ ਤੇਜੋ ਆਈ ਸੀ ਉਦਣ ਜਿੱਦਣ ਮੈਂ ਘਰੇ ਕੋਈ ਹੈ ਨਹੀਂ ਸੀ ਉਦਣ ਕੁਲਰਾਜ ਸੁੱਤਾ ਪਿਆ ਸੀ ਮੈਂ ਨਾ ਉਦਣ ਗਿਆ ਉਦਣ ਮੈਂ ਖੁਦ ਨੂੰ ਲੱਗਿਆ ਫਿਰ ਮੈਂ ਕਿਹਾ ਵੀ ਤੇਜੋ ਨੇ ਕੱਟ ਲਏ ਵਾਲ ਮੈਂ ਤੈਨੂੰ ਦੱਸਿਆ ਨਹੀਂ ਮੈਂ ਕਿਹਾ ਚੱਲ ਛੱਡ ਕਾਹਨੂੰ ਲੜਨਾ ਵਾ ਚਲ ਰਾਜ ਵੱਡੀ ਮੰਮੀ ਆ ਪੁੱਤ ਖੇਡਿਆ ਕਰ ਚੀਜ਼ੀ ਲੈ ਕੇ ਖਾਇਆ ਕਰ ਮੈਂ ਤਾਂ ਐਵੇਂ ਦੀਦੀ ਬਾਰੇ ਗੱਲ ਸੋਚੀ ਗਈ ਤੇ ਹੋਰ ਕੀ ਵੱਡੀ ਮੰਮਾ ਕੋਲ ਜਾਓ ਜਾਓ ਮੰਮਾ ਇਹਨਾਂ ਦਾ ਇੰਨਾ ਪਿਆਰ ਆ ਮੰਮੀ ਪਿਆਰ ਇੱਦਾਂ ਬਣਿਆ ਰਹੇ ਕਿ ਨਹੀਂ ਹੋਰ ਲਵਪ੍ਰੀਤ ਮੈਂ ਤਾਂ ਤੋਂ ਮਾਫੀ ਮੰਗਦੀ ਆ ਨਾਲੇ ਤੇ ਤੋਂ ਮੈਂ ਤੁਹਾਨੂੰ ਦੋਵਾਂ ਨੂੰ ਆਏ ਸੋਚਿਆ ਵੀ ਕਿਤੇ ਨਹੀਂ ਮੰਮੀ ਨੇ ਮੈਨੂੰ ਗੱਲਾਂ ਹੀ ਏਦਾਂ ਦੀ ਕਹੀਆਂ ਕਿ ਮੇਰਾ ਦਿਮਾਗ ਹੀ ਏਦਾਂ ਹੋ ਗਿਆ ਕਿ ਸਹੀ ਗੱਲ ਆ ਏਦਾਂ ਹੀ ਲੱਗਿਆ ਵੀ ਤੁਸੀਂ ਇਹ ਸਾਰਾ ਕੁਛ ਕੀਤਾ ਵਾ ਨਹੀਂ ਪ੍ਰੀਤੀ ਮੈਂ ਤੈਨੂੰ ਕਿਹਾ ਤਾਂ ਸੀਗੀ ਕਿ ਮੈਂ ਨਹੀਂ ਵਾਲ ਕੱਟੇ ਹੈਗੇ ਪੁੱਤ ਤੂੰ ਮੈਨੂੰ ਪਿਆਰ ਕਰਦਾ ਹੈ ਨਾ ਮੰਮਾ ਕੋਲ ਜਾਇਆ ਕਰੇ ਠੀਕ ਹੈ ਪੁੱਤ ਠੀਕ ਹੈ ਵੱਡੀ ਮੰਮਾ ਕੋਲ ਹਾਂ ਓਕੇ ਦੋਨੇ ਜਾਇਆ ਕਰਾਂਗੇ ਆਪਾਂ ਠੀਕ ਹੈ ਹਾਂ ਓਕੇ ਆ ਕੇ ਠੀਕ ਹੈ ਕੱਢੀ ਤੇ ਪਾ ਕੇ ਹਾਂ ਹਾਂ ਮੰਮੀ ਹੁਣ ਦੱਸ ਵਾਲ ਤਾਂ ਕਹੀਂ ਕੱਟੇ ਸੀ ਹਾਂ ਕੱਟੇ ਸੀ ਪਰ ਤੂੰ ਮੇਰੀ ਇੱਜ਼ਤ ਰੱਖ ਲਈ ਵੀ ਮੈਂ ਮਾਫ਼ੀ ਮੰਗਦੀ ਹਾਂ ਜਿਹੜੇ ਤੂੰ ਮੈਨੂੰ ਇੱਜ਼ਤ ਰੱਖ ਲਈ ਮੇਰੀ ਵੀ ਮੈਂ ਤੈਨੂੰ ਕਹਿੰਦੀ ਹਾਂ ਵੀ ਬਹੁਤ ਵਧੀਆ ਕੀਤਾ ਨਹੀਂ ਤਾਂ ਸਾਰੀ ਜ਼ਿੰਦਗੀ ਇਹਨਾਂ ਨੇ ਮੈਨੂੰ ਕੁੱਤੇ ਵਾਲੀ ਜੂਨ ਕਰਨੀ ਸੀ ਮੇਰੀ ਮੰਮੀ ਗੱਲ ਉਹ ਨਹੀਂ ਗੀ ਮੈਂ ਤੈਨੂੰ ਇੰਨੀ ਗੱਲ ਸਮਝਾਉਂਦਾ ਵੀ ਸਿਰਫ ਨਾ ਸੱਸ ਹੀ ਨਾ ਬਣ ਮਾਂ ਬਣ ਕੇ ਰਹਿ ਹੁਣ ਉਹਦੇ ਵਿੱਚ ਲਵਪ੍ਰੀਤ ਦੀ ਜਾਂ ਮੇਰੀ ਗੱਲ ਤਾਂ ਹੈ ਨਹੀਂ ਸਾਡੇ ਜਵਾਕ ਨਹੀਂ ਹੋਇਆ ਸੀ ਜੇ ਉਹ ਜਵਾਕ ਨਾਲ ਇੰਨਾ ਪਿਆਰ ਆ ਤਾਂ ਤੈਨੂੰ ਮੱਚਣਾ ਨਹੀਂ ਚਾਹੀਦਾ ਸਾੜਾ ਨਹੀਂ ਕਰਨਾ ਚਾਹੀਦਾ ਸਗੋਂ ਤੈਨੂੰ ਖੁਸ਼ੀ ਹੋਣੀ ਚਾਹੀਦੀ ਹੈ ਸਾਡੇ ਘਰ 'ਚ ਖੁਸ਼ੀਆਂ ਨੇ ਮੇਰੀ ਗਲਤੀ ਆ ਮੈਂ ਮਾਫੀ ਮੰਗਦੀ ਆ ਤੇ ਤੋਂ ਬਾਅਦ ਨਹੀਂ ਮਾਫੀ ਨਹੀਂ ਮੰਗਦੀ ਮੈਂ ਤਾਂ ਕੋਈ ਗੱਲ ਨਹੀਂ ਬਈ ਇਸ ਤੋਂ ਵੱਧ ਕੁਛ ਨਹੀਂ ਮੈਨੂੰ ਤਸੰਦ ਮੈਂ ਦੱਸ ਸਕਦਾ ਸੀਗਾ ਵੀ ਤੈਂ ਕੱਟਿਆ ਪਰ ਮੈਨੂੰ ਲੱਗਿਆ ਫਿਰ ਮੇਰੇ ਦਿਲ ਨੂੰ ਲੱਗਿਆ ਵੀ ਮੰਮੀ ਦੀ ਇੱਜ਼ਤ ਕੀ ਰਹਿ ਜੂ ਇੱਥੇ ਫਿਰ ਇਹਨਾਂ ਦਾ ਮੈਨੂੰ ਕੋਈ ਪੁੱਛਣਾ ਨਹੀਂ ਸੀਗਾ ਚਲ ਮੰਮੀ ਮੇਰੇ ਨਾਲ ਵਾਅਦਾ ਕਰ ਅੱਗੇ ਦੁਬਾਰੇ ਜ਼ਿੰਦਗੀ 'ਚ ਇੱਦਾਂ ਦੀ ਗਲਤੀ ਨਹੀਂ ਕਰਨੀ ਨਹੀਂ ਮੈਂ ਨਹੀਂ ਪੁੱਤ ਕਰਦੀ ਉਹਨੂੰ ਆਪਣਾ ਸਮਝੇਗੀ ਠੀਕ ਆ ਉਹਨੂੰ ਆਪਣੀ ਧੀ ਸਮਝੇਗੀ ਮੈਨੂੰ ਪੁੱਤ ਸਾਰੇ ਜਵਾਕਾਂ ਨੂੰ ਖੁਸ਼ ਰਹਿਣਾ ਵਾ ਹਾਂ ਠੀਕ ਆ ਕੋਈ ਵਿਤਕਰਾ ਨਹੀਂ ਕਰਨਾ ਇਹਨਾਂ ਨਾਲ ਨਹੀਂ ਕਰਦੀ ਚਲ ਆ ਜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਹ ਵੀਡੀਓ ਵਿੱਚ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੀ ਕਿ ਕਈ ਵਾਰੀ ਕਈਆਂ ਦੇ ਜਵਾਬ ਨਹੀਂ ਹੁੰਦਾ ਅਤੇ ਇਹਦਾ ਮਤਲਬ ਇਹ ਨਹੀਂ ਕਿ ਉਸ ਦੇ ਵਿੱਚ ਉਹਦਾ ਕੋਈ ਦੋਸ਼ ਆ ਇਹ ਕੋਈ ਮਾਲਕ ਵੱਲੋਂ ਹੀ ਕਈ ਵਾਰ ਹੁੰਦਾ ਬਹੁਤ ਜਗ੍ਹਾ ਜਾਂਦਾ ਬਹੁਤ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਵੀ ਕਈ ਚੀਜ਼ਾਂ ਇੱਦਾਂ ਹੁੰਦੀਆਂ ਕਿ ਨਹੀਂ ਹੋ ਪਾਉਂਦੀਆਂ ਹੈ ਨਾ ਸੋ ਆਪਾਂ ਨੂੰ ਉਸ ਚੀਜ਼ ਨੂੰ ਲੈ ਕੇ ਇੱਕ ਦੂਜੇ ਨਾਲ ਵਿਤਕਰੇ ਨਹੀਂ ਕਰਨੇ ਚਾਹੀਦੇ ਅਤੇ ਸੱਸਾਂ ਨੂੰ ਆਪਣੇ ਨੂੰਹਾਂ ਨਾਲ ਇਸ ਚੀਜ਼ ਨੂੰ ਲੈ ਕੇ ਕਦੇ ਫਰਕ ਨਹੀਂ ਰੱਖਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਨੂੰਹ ਦੇ ਜਵਾਕ ਹੈਗਾ ਉਹਨੂੰ ਵਧੀਆ ਪਿਆਰ ਕਰੋ ਦੂਜੀ ਸਿੱਟੋ ਪਰੇ ਧੱਕੇ ਮਾਰੋ ਹੈ ਨਾ
ਇੱਜ਼ਤ ਦੂਰ ਰਹਿਣਾ ਚਾਹੀਦਾ। ਕਿਸੇ ਵੀ ਸੱਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਿਵੇਂ ਮੈਂ ਤੇਜੋ ਬਣੀ ਆ, ਤੇਜੋ ਨਹੀਂ ਬਣਨਾ ਚਾਹੀਦਾ। ਬਿਲਕੁਲ, ਘਰ ਦੇ ਵਿੱਚ ਕਿਸੇ ਦੇ ਨਾਲ ਵੀ ਇਦਾਂ ਹੋ ਸਕਦਾ ਵਾ ਕਿ ਕਿਸੇ ਦੇ ਬੱਚਾ ਨਾ ਹੋਵੇ, ਪਰ ਲੇਕਿਨ ਸੱਸਾਂ ਨੂੰ ਇਦਾਂ ਫਰਕ ਨਹੀਂ ਪੜਨਾ ਪਾਉਣਾ ਚਾਹੀਦਾ ਹੈਗਾ, ਨਾ ਫਰਕ ਕਰਨਾ ਚਾਹੀਦਾ ਦੋਨਾਂ ਦੇ ਵਿੱਚ। ਸਗੋਂ ਤੇ ਉਹਨੂੰ ਬਹੁਤ ਜ਼ਿਆਦਾ ਪਿਆਰ ਦੀ ਤੇ ਉਹਨੂੰ ਬਹੁਤ ਜ਼ਿਆਦਾ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਕਿ ਕੋਈ ਮੈਨੂੰ ਹੌਸਲਾ ਦੇਵੇ। ਸਗੋਂ ਤੇ ਉਹ ਕਿਸੇ ਬੱਚੇ ਨੂੰ ਪਿਆਰ ਕਰਨਾ ਚਾਹੁੰਦੀ ਹੁੰਦੀ ਹੈ, ਤਾਂ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਕੁਛ ਨੁਕਸਾਨ ਪਹੁੰਚਾਉਣਾ ਚਾਹੂਗੀ। ਪਲੀਜ਼ ਇਦਾਂ ਦੇ ਨਾਲ ਜਿੰਨਾ ਹੋ ਸਕੇ ਪਿਆਰ ਕਰੋ, ਫਰਕ ਨਾ ਕਰੋ। ਬਿਲਕੁਲ। ਬਾਕੀ ਸਾਡੀ ਵੀਡੀਓ ਚੰਗੀ ਲੱਗੀ ਜੀ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਸਾਰੇ ਜਾਣੇ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਸਾਰੇ ਜਾਣੇ ਕਰੋ। ਥੈਂਕ ਯੂ, ਸਤਿ ਸ਼੍ਰੀ ਅਕਾਲ।